ब्रेक तो बाद थोड़ा स्वागत है और लगातार असी विचार प्रार्थना कर रहे हैं। सिख नौजवान चरणजीत सिंह जो कि दिल्ली तिलक नगर के रहिंदे ने, उन्हां दा कसूर सीगा, कसूर कहिए या फिर उन्हां नूं इस गल ते डिटेन किया गया या फिर उन्हां दे नाल धक्का किया गया, तुसीं डिसाइड कर रहे हो। तुसीं मैनूं फोन कर रहे हो, मैं खबर तुहानूं दस देवां। खबर है कि उन्हां नूं इस करके पुलिस ने गिरफ़्तार किया सी, डिटेन किया सी कि उन्होंने संत जरनैल भिंडरांवालेयां दी फोटो लाई सी अपने ऑटो के पिछे, और जब उन्होंने फोटो लाई तो उन्होंने 4 बजे शाम नूं तिलक नगर उन्हां दे घर तो पुलिस फड़ के लै जाती है। सरोजनी नगर थाने दे विच उन्हां नूं पूरी रात रखा जाता। हुण खबर सानू अपडेट ताज़े अपडेट आई है कि उन्होंने छड़ दिता गया है, लेकिन फिर सवेरे 10 बजे उन्हां नूं मुड़ वापस बुलाया पुलिस स्टेशन दे विच और फिर दोबारा उन्होंने डिटेन किया जाएगा। 100-150 सिख संगत इस टाइम थाने के बाहर मौजूद है जिन्हां ने पुलिस तो यह जानने की कोशिश की कि आखिरकार यह क्राइम है कि हुण तुसीं फोटो नहीं ला सकते। इस मुतलक तुसीं खुद आप फैसला कर रहे हो। मैं जानने की कोशिश करता कि तुसीं की कुछ कहना चाहते हो। मैं वेख पा रहा तुसीं मैनूं कॉल्स कर रहे हो और जेकर तुसीं कॉल करना चाहते हो तो हेठ लिखे नंबर के उत्ते तुसीं मैनूं कॉल कर सकते हो जिहड़ा नंबर इस टाइम टीवी स्क्रीन के थले चल रहा है। हरभजन सिंह जी, सत श्री अकाल, वाहिगुरू जी का खालसा, वाहिगुरू जी की फतह। सत श्री अकाल हरकी सिंह जी, की कहना चाहूंगा? हरकी सिंह, वेरी सेंसिटिव इशू टू बी ऑनेस्ट, यू नो। जी जी जी, मतलब ਉਹਦਾ ਇਹ ਫੰਡਾਮੈਂਟਲ ਰਾਈਟ ਹੈ, ਜਿਹਦੀ ਮਰਜ਼ੀ ਉਹ ਫੋਟੋ ਲਾ ਸਕਦਾ ਹੈਗਾ, ਚਾਹੇ ਉਹ ਟੈਰਿਸ ਹੋਵੇ ਚਾਹੇ ਨਾ ਹੋਵੇ। ਅਗਰ ਮੈਂ ਆਪਣੀ ਪ੍ਰੋਪਰਟੀ ਦੇ ਘੇਰੇ ਤੱਕੇ ਲਾਉਣਾ ਚਾਹੁੰਦਾ ਤਾਂ, ਅਗਰ ਮੈਂ ਕੋਈ ਪ੍ਰੋਪੋਗੰਡਾ ਨਹੀਂ ਕਰਦਾ, ਕਿਸੇ ਨੂੰ ਮੈਂ ਇਨਸਟੀਗੇਟਿੰਗ ਕਰ ਰਿਹਾ, ਕੋਈ ਮੈਂ ਨਫ਼ਰਤ ਨਹੀਂ ਫੈਲਾ ਰਿਹਾ ਤੇ ਮੈਂ ਕੋਈ ਕ੍ਰਾਈਮ ਨਹੀਂ ਕਮਿਟ ਕਰ ਰਿਹਾ। ਫੋਟੋ ਕਿਸੇ ਦੀ ਲਾਉਣਾ, ਤੁਸੀਂ ਆਪਣੇ ਘਰ 'ਚ ਲਾਉਣਾ ਜਾਂ ਆਪਣੀ ਪ੍ਰੋਪਰਟੀ 'ਚ ਲਾਉਣਾ, ਇਹ ਤੁਹਾਡੀ ਫੰਡਾਮੈਂਟਲ ਰਾਈਟ ਹੈ ਤੁਹਾਡਾ। ਅਗਰ ਉਹ ਪੁਲਿਸ ਅਫਸਰ ਜਿਹਨੇ ਕਿਸੇ ਜਿਹਨੇ ਕੰਪਲੇਂਟ ਵੀ ਕੀਤੀ ਸੀ, ਉਹਨੂੰ ਕੰਪਲੇਂਟ ਨੂੰ ਇਹ ਪੁੱਛਦਾ ਵੀ ਆਇਆ ਤੇਰੇ ਕੋਈ ਪ੍ਰੂਫ ਹੈ ਕਿ ਉਹਨੇ ਕੋਈ ਪ੍ਰੋਪੋਗੇਟ ਕੀਤਾ ਜਾਂ ਕਿਸੇ ਲੋਕਾਂ ਨੂੰ ਇਨਸਟੀਗੇਟ ਕਰ ਰਿਹਾ ਹੈਗਾ ਜਾਂ ਕੋਈ ਪੋਇਜ਼ਨਸ ਪ੍ਰੋਪੋਗੰਡਾ ਕਰ ਰਿਹਾ ਜਾਂ ਕੋਈ ਭਾਈਚਾਰੇ ਦੇ ਵਿੱਚ ਨਫ਼ਰਤ ਫੈਲਾ ਰਿਹਾ। ਜੇ ਉਹ ਗੱਲਾਂ ਇਹ ਨਹੀਂ ਕੀਤੀਆਂ ਤਾਂ ਇੱਕ ਫੋਟੋ ਤੇ ਤਾਂ ਉਹਨੂੰ ਚਾਰਜ ਉਹ ਕਰ ਹੀ ਨਹੀਂ ਸਕਦਾ। ਉਹਨੂੰ ਮਤਲਬ ਅਰੈਸਟ ਕਰਨ ਦਾ ਹੀ ਮਤਲਬ ਕੋਈ ਜਾਂ ਉਹਨੂੰ ਪੁਲਿਸ ਸਟੇਸ਼ਨ ਲਿਜਾਣ ਦਾ ਕੋਈ ਬੇਸ ਨਹੀਂ ਬਣਦਾ ਜਿੰਨਾ ਚੱਕ ਉਸ ਕੋਲ ਕੋਈ ਪ੍ਰੂਫ ਹੀ ਨਹੀਂ ਕਰਕੇ, ਮਤਲਬ ਇਹ ਆਦਮੀ ਕੋਈ ਇਨਸਟੇਟ ਕਰ ਰਿਹਾ, ਇਹ ਆਦਮੀ ਕੋਈ ਪ੍ਰੋਪੋਗੰਡਾ ਕਰ ਰਿਹਾ, ਇਹ ਜਨਤਾ ਦੇ ਵਿੱਚ ਜਨਮ ਕਮਿਊਨਿਟੀ ਦੇ ਵਿੱਚ ਨਫ਼ਰਤ ਫੈਲਾ ਰਿਹਾ, ਜਿਹਨੂੰ ਜਾਂ ਮੁਲਕ ਦੀ ਮੁਲਕ ਨੂੰ ਵੰਡਣ ਵਾਸਤੇ ਇਹ ਕੋਈ ਪ੍ਰੋਪੋਗੰਡਾ ਕਰ ਰਿਹਾ। ਅਗਰ ਉਹ ਚੀਜ਼ਾਂ ਇਹ ਗੱਲ ਨਹੀਂ ਕਰਦਾ ਤੇ ਫੋਟੋ ਜਿਹਦੀ ਮਰਜ਼ੀ ਲਗਾ ਸਕਦਾ। ਬਿਲਕੁਲ ਬਿਲਕੁਲ ਬਿਲਕੁਲ, ਇਹ ਹੁਣ ਮੈਨੂੰ ਲੱਗਦਾ ਕਿ ਸਾਡੇ ਜਿਹੜੇ ਅਹੁਦੇਦਾਰ ਨੇ ਪੈਰੋਕਾਰ ਨੇ ਉਹਨਾਂ ਨੂੰ ਸਮਝਣ ਦੀ ਲੋੜ ਹੈ ਔਰ ਸਮਝਾਉਣ ਦੀ ਵੀ ਲੋੜ ਹੈ ਉੱਥੇ ਮੌਜੂਦ ਸਿਆਸਤਦਾਨਾਂ ਨੂੰ। ਨਾ ਤੇ ਪੁਲਿਸ ਅਫਸਰ ਨੂੰ ਨਹੀਂ ਪਤਾ, ਉਹਨੇ ਜਿਹਨੂੰ ਉਹ ਸਬ ਇੰਸਪੈਕਟਰ ਆ ਉਹਨੂੰ ਕਾਨੂੰਨ ਦਾ ਪਤਾ ਹੋਣਾ ਚਾਹੀਦਾ ਕਿ ਬਈ ਉਹਦੀ ਉਹਦੀ ਯੂਨੋ ਉਹਦੀ ਉਹਦੀ ਉਸ ਕ੍ਰਾਈਮ ਦੀ ਕਿੱਥੇ ਤੱਕ ਉਹਦੀ ਲਿਮਿਟ ਹੈਗੀ ਆ, ਉਹਦੀ ਕੀ ਦਾਇਰਾ ਕੀ ਹੈਗਾ। ਜੀ 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 ਜੀ, ਠੀਕ ਨੀ ਜੀ। ਅਗਰ ਤੁਸੀਂ ਕਿਸੇ ਨੂੰ ਅਰੈਸਟ ਕਰਦੇ ਆ ਜਾਂ ਲਿਆਉਂਦੇ ਹੈਗੇ ਆ, ਕੋਈ ਕੰਪਲੇਂਟ ਕਰਦਾ, ਉਹਦਾ ਦਾਇਰਾ ਤਾਂ ਸਮਝ ਕੇ ਵੀ ਤੈਨੂੰ ਕਾਨੂੰਨ ਕਿੱਥੇ ਤੱਕ ਲੈ ਕੇ ਜਾਂਦਾ। ਕਰੈਕਟ ਹਰਭਜਨ ਸਿੰਘ ਜੀ, ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ। ਹੋਰ ਵੀ ਹੈਲੋ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਤੁਸੀਂ ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ? ਹਾਂਜੀ ਹਾਂਜੀ, ਛੋਟੇ ਭਾਈ ਹਰਕੀਰਤ, ਪਿਆਰ ਭਰੇ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮੱਖਣ ਸਿੰਘ ਜੀ, ਠੀਕ ਹੋ? ਹਾਂਜੀ ਬਿਲਕੁਲ ਠੀਕ ਠਾਕ ਹੈ ਜੀ। ਦੇਖੋ, ਮੈਂ ਇਹ ਕਹਿੰਦਾ ਕਿ ਜਿਹੜੀ ਕੌਮ ਸਾਡੇ ਗੁਰੂਆਂ ਨੇ ਇਹਨਾਂ ਦੀ ਰੱਖਿਆ ਵਾਸਤੇ ਤਿਆਰ ਕੀਤੀ ਸੀ, ਜੀ ਜੀ ਜੀ, ਅੱਜ ਉਸੇ ਸਾਡੀ ਕੌਮ ਤੋਂ ਇਹ ਡਰ ਲੱਗਦਾ। ਜੀ ਜੀ ਜੀ, ਜੇ ਇਹਨਾਂ ਨੂੰ ਥੋੜੀ ਜਿਹੀ ਹਿਸਟਰੀ ਦਾ ਵੀ ਪਤਾ, ਥੋੜਾ ਜਿਹਾ ਵੀ ਪਤਾ ਹੋਵੇ ਤੇ ਇਦਾਂ ਦੇ ਜਿੱਦਾਂ ਕਹਿੰਦੇ ਹੁੰਦੇ ਮਾੜੇ ਕੰਮ ਨਾ ਕਰਨ। ਜੀ ਜੀ, ਇਹ ਇਸੇ ਕੌਮ ਸਿੱਖਾਂ ਨੂੰ ਅੱਜ ਪਰਖ ਰਹੀ ਆ, ਜੇ ਇਹ ਤਾਂ ਬਣੇ ਇਹਨਾਂ ਦੀ ਰੱਖਿਆ ਲਈ ਤਿਆਰ ਹੋਏ ਸੀ। ਕਰੈਕਟ, ਹਾਂਜੀ। ਉਹ ਦੇਖੋ, ਜੇ ਸਿੱਖੀ ਬਾਰੇ ਮੈਂ ਸਿਰਫ ਦੋ ਕੀ ਸਿੱਖੀ ਪਿਆਰੀ ਦੇ ਕਿੱਸੇ ਸੁਣਾਵਾਂ, ਕਿਵੇਂ ਦਿਲ ਦੇ ਅਣਛੂਹੇ ਜਜ਼ਬੇ ਹਿਲਾਵਾਂ, ਇਹ ਆਰੇ ਦੇ ਦੰਦਿਆਂ ਤੇ ਹੱਸਦੀ ਆ ਰਹਿੰਦੀ, ਹਕੀਕਤ ਜ਼ਮਾਨੇ ਨੂੰ ਦੱਸਦੀ ਆ ਰਹਿੰਦੀ, ਤਬਾਹੀ ਦੇ ਜਾਲਾਂ ਚ ਫਸਦੀ ਆ ਰਹਿੰਦੀ ਤੇ ਬਰਬਾਦ ਹੋ ਕੇ ਵੀ ਵਸਦੀ ਆ ਰਹਿੰਦੀ। ਇਹਨੂੰ ਤਾਂ ਬਰਬਾਦ ਕਰਨ ਵਾਲੀ ਬਹੁਤ ਦੁਨੀਆਂ ਤਾਂ ਇਹ, ਪਰ ਏਦਾਂ ਹੀ ਵਸਦੀ ਰਹਿਣੀ, ਇਹ ਪਰਖੀ ਜਾਣ, ਜਿੰਨਾ ਵੀ ਇਹਨਾਂ ਪਰਖਣਾ ਇਹ ਪਰਖੀ ਜਾਣ। ਇਹ ਆਸ਼ਕ ਦਿਲਾਂ ਨੂੰ ਕਟਾਰਾਂ ਤੇ ਪਰਖੇ, ਪਿਆਰਾਂ ਦੇ ਫੁੱਲਾਂ ਨੂੰ ਖਾਰਾਂ ਤੇ ਪਰਖੇ, ਇਹ ਮਨਸੂਰ ਆਪਣੇ ਨੂੰ ਦਾਰਾਂ ਤੇ ਪਰਖੇ, ਜਾਂ ਰੰਬੀ ਦੀਆਂ ਤੇਜ਼ ਧਾਰਾਂ ਤੇ ਪਰਖੇ। ਲਾਸਟ ਲੈਣਾ ਦੋਆ ਜੀ, ਇਹ ਦਰਦਾਂ ਦੀ ਦੁਨੀਆਂ, ਪਿਆਰਾਂ ਦੀ ਦੁਨੀਆਂ, ਅਨੋਖੇ ਦਿਲਾਂ ਦੇ ਖਮਾਰਾਂ ਦੀ ਦੁਨੀਆਂ, ਇਹ ਮਰ ਜਿਉੜੇ ਜਾਂ ਵਿਸਾਰਾਂ ਦੀ ਦੁਨੀਆਂ, ਇਹ ਮਾਹੀ ਦੇ ਫਟੇ ਬਿਮਾਰਾਂ ਦੀ ਦੁਨੀਆਂ, ਇਹ ਮਾਹੀ ਦੇ ਫਟੇ ਬਿਮਾਰਾਂ ਦੀ ਦੁਨੀਆਂ। ਜੀ ਜੀ ਜੀ, ਇਹ ਕੌਮ ਨੂੰ ਸਮਝ ਹੀ ਨਹੀਂ ਸਕੇ, ਇੱਕ ਫੋਟੋ ਤੋਂ ਫੋਟੋ ਤਾਂ ਹੁਣ ਲੱਗਣਗੀਆਂ, ਜਾਤੀਆਂ ਲੱਗਣਗੀਆਂ ਸਮਾਂ ਤੇ। ਬਿਲਕੁਲ ਸਹੀ ਗੱਲ ਹੈ ਜੀ, ਬਿਲਕੁਲ ਸਹੀ ਹੈ। ਹਾਂਜੀ, ਇਹ ਜੇ ਚਿੰਜੜੀ ਛੇੜਦੇ ਆ ਫੋਟੋ ਤਾਂ ਜਿਹਨਾਂ ਨੇ ਫੋਟੋ ਤਾਂ ਹਰੇਕ ਕੋਈ ਲਾਊਗਾ।
जी ਇਹ ਬਹੁਤ ਜੋ ਵੀ ਹੋਇਆ ਗਲਤ ਹੋ ਰਿਹਾ, ਪਰ ਇਹ ਕੌਮ ਸਮਝ ਨਹੀਂ ਸਕੀ। ਜੀ ਕੋਈ 1% ਸਾਡੀ ਕੌਮ ਨੂੰ ਸਮਝ ਨਹੀਂ ਸਕੀ, ਪਰ ਆਪ ਹੀ ਇਹ ਚਿੰਜੜੀ ਛੇੜ ਰਹੀ ਤੇ ਇੱਕ ਦਿਨ ਤਬਾਹ ਕੌਮ ਇਹੀ ਹੋਣੀ ਆ ਦੇਖ। ਬਿਲਕੁਲ ਬਿਲਕੁਲ ਬਿਲਕੁਲ, ਬਹੁਤ ਬਹੁਤ ਧੰਨਵਾਦ ਮੱਖਣ ਸਿੰਘ ਜੀ। ਹਾਂਜੀ ਹੋਰ ਵੀ ਪਿਆਰ ਕਾਲਸ, ਹੋਈ। ਸਤਿ ਸ਼੍ਰੀ ਅਕਾਲ ਮੱਖਣ ਸਿੰਘ ਜੀ, ਹੋਰ ਵੀ ਕਾਲਰ ਜਿਨ੍ਹਾਂ ਦੀ ਕਾਲ ਲੈ ਲਈਏ। ਹੈਲੋ ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹੈਲੋ ਸਤਿ ਸ਼੍ਰੀ ਅਕਾਲ ਜੀ। ਜੀ ਕੀ ਕਹਿਣਾ ਚਾਹੋਗੇ? ਹੈਲੋ ਜੀ, ਇਹੀ ਕਹਿਣਾ ਚਾਹੁੰਦੇ ਆ, ਉਹਨੇ ਤਾਂ ਇੱਕ ਆਰਮੀ ਵਾਲੇ ਨੇ ਫੋਨ ਕੀਤਾ ਜੀ ਵੀ ਇੱਕ ਬੰਦੇ ਦੀ ਫੋਟੋ ਲਾਈ ਆ, ਅਸੀਂ 1984 ਤੋਂ ਲੈ ਕੇ ਇੰਨੇ ਨਜ਼ਾਰੇ ਕਰ ਰਹੇ ਜੀ, ਕਾਤਲਾਂ ਨੂੰ ਫੜੋ ਦਿੱਲੀ ਚ ਜੀ। ਉਹਨਾਂ ਨੂੰ ਤਾਂ ਕੋਈ ਨੀ ਫੜਦਾ, ਸਿੰਘ ਨੂੰ ਜਿਹੜਾ ਗਰੀਬ ਬੰਦਾ ਉਹਦੀ ਹੁਣ ਦਿਹਾੜੀ ਕੱਲ ਨੂੰ ਕੌਣ ਦੇਊਗਾ, ਬੱਚਿਆਂ ਨੂੰ ਰੋਟੀ ਕੌਣ ਦੇਊਗਾ? ਉਹੀ ਤਾਂ ਸਵਾਲ ਬਣ ਰਹੇ ਨੇ ਜੀ ਕਿ ਹੁਣ ਇੱਕ 2 ਦਿਨ ਮੈਨੂੰ ਲੱਗਦਾ 2 ਜਾਂ 3 ਦਿਨ ਪਰੇਸ਼ਾਨ ਕੀਤਾ ਜਾਏਗਾ। ਹੋਰ ਦੁਨੀਆਂ ਭਰ ਚ ਆਪਾਂ ਕਿੰਨਾ ਪੈਸਾ ਖਰਾਬ ਕਰਦੇ ਹਾਂ, ਦਿਹਾੜੀਆਂ ਭੰਨ ਕੇ ਮਜ਼ਾਰੇ ਕਰਦੇ ਨਾ, ਵੀ ਸਾਨੂੰ ਦਿਓ ਜਸਟਿਸ ਦਿਓ ਜੀ ਜੀ। ਤੇ ਇਹ ਪੁਲਿਸ ਵਾਲਿਆਂ ਦਾ ਉਦੋਂ ਕਾਨੂੰਨ ਕਿੱਥੇ ਆਉਂਦਾ? ਕੋਰਟਾਂ ਚ ਤਰੀਕਾਂ ਹੀ ਭੁਗਤੀ ਜਾਂਦੇ ਆ, ਇੱਕ ਬੰਦਾ ਨੀ ਅੰਦਰ ਦਿੱਤਾ ਜੀ 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 ਜੀ। ਬਗਰਾੜੀ ਕਾਂਡ ਦੇ ਵਿੱਚ ਕਿੰਨਾ ਹੁਣ 40-42 ਦਿਨ ਹੋ ਗਏ ਆ, ਕਿਸੇ ਮੀਡੀਆ ਨੇ ਦਿਖਾਇਆ ਪੰਜਾਬ ਚ ਆ ਮੰਗ ਉੱਠੀ ਵੀ ਆ ਜੀ 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 ਜੀ। ਮੰਗ ਕਿਹੜੀ ਆ ਜਿਹੜੇ ਸਾਡੇ ਅੰਦਰ ਦਿੱਤੇ ਵੀ ਆਏ ਇਹਨਾਂ ਪੁਲਿਸ ਵਾਲਿਆਂ ਨੇ ਝੂਠੇ ਕੇਸ ਪਾ ਕੇ ਜੀ ਜੀ ਜੀ, 25-25 ਸਾਲ ਤੋਂ ਉਹਨਾਂ ਦੇ ਘਰ ਬਾਰ ਬਰਬਾਦ ਹੋ ਗਏ ਜੀ 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 ਜੀ। ਇਹ ਵੀ ਜੀ ਤੁਹਾਨੂੰ ਇਨਸਾਫ਼ ਹੈ, ਤੁਹਾਨੂੰ ਘਰ ਲੈਣਾ ਹੀ ਪੈਣਾ ਅੱਡ। ਬਿਲਕੁਲ ਬਿਲਕੁਲ ਤੁਹਾਡੀ ਹਾਲ ਹੋਊਗੀ? ਬਿਲਕੁਲ ਬਿਲਕੁਲ, ਅਸੀਂ ਇਸੇ ਤਰੀਕੇ ਨਾਲ ਜੇ ਚੱਲਦੇ ਰਹੇ ਤਾਂ ਬੜਾ ਮਾੜੇ ਹਾਲਾਤ ਹੋ ਜਾਣੇ। ਮੇਰੇ ਨਾਲ ਹੋਰ ਵੀ ਕਾਲਰ ਜੁੜ ਰਹੇ ਨੇ। ਹੈਲੋ ਸਤਿ ਸ਼੍ਰੀ ਅਕਾਲ ਜੀ, ਤੁਸੀਂ ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਆਲੂਵਾਲੀਆ ਸਾਹਿਬ, ਗੁਰਦੇਵ ਸਿੰਘ ਭੋਗਲ ਬੋਲ ਰਿਹਾ, ਮੈਂ ਤੁਹਾਡਾ 1 ਮਿੰਟ ਹੋਰ ਲੈਣਾ ਪਲੀਜ਼। ਜੀ ਜੀ ਭੋਗਲ ਜੀ, ਗੋ ਹੈਡ, ਕੀ ਕਹਿਣਾ ਚਾਹੁੰਦੇ? ਹਾਂ ਜੀ, ਮੈਂ 1 ਮਿੰਟ ਲੈਣਾ, ਮੈਨੂੰ ਪਤਾ ਕਾਲਰ ਬਹੁਤ ਸਾਰੇ ਹੈਗੇ ਨੇ, ਮੈਂ ਆਪਣੇ ਵੀਰ ਆਪਣੇ ਬਹੁਤ ਪਿਆਰੇ ਵੀਰ ਮੱਖਣ ਸਿੰਘ ਨੂੰ ਕਰੈਕਟ ਕਰਨਾ ਚਾਹੁੰਦਾ। ਮੈਂ ਫਿਰ ਦੀ ਰਿਪੀਟ ਕਰਦਾ, ਆਪਣੇ ਵੀਰ ਨੂੰ, ਮੈਨੂੰ ਨਹੀਂ ਪਤਾ ਮੇਰੇ ਤੋਂ ਵੱਡੇ ਨੇ ਛੋਟੇ ਨੇ, ਮੈਂ ਇਹਨਾਂ ਨੂੰ ਕਰੈਕਟ ਕਰਨਾ ਚਾਹੁੰਦਾ। ਇਹਨੇ ਕਿਹਾ ਵੀ ਗੁਰੂਆਂ ਨੇ ਜਿਹੜੀ ਜਿਹੜੀ ਸਿੱਖ ਕੌਮ ਇਹਨਾਂ ਦੀ ਰਾਖੀ ਵਾਸਤੇ ਬਣਾਈ ਸੀ ਉਹਨਾਂ ਦੇ ਨਾਲ ਇਸ ਤਰ੍ਹਾਂ ਕਰਦੇ ਨੇ, ਇਹਨਾਂ ਨੂੰ ਮੈਂ ਕਰੈਕਟ ਕਰਨਾ ਚਾਹੁੰਦਾ ਕਿ ਇਹ ਜਿਹੜੀ ਕੌਮ ਸੀ, ਪੰਥ ਸੀ, ਇਹਨਾਂ ਦੀ ਰਾਖੀ ਵਾਸਤੇ ਨਹੀਂ, ਮਨੁੱਖੀ ਅਧਿਕਾਰਾਂ ਵਾਸਤੇ ਸੀ। ਜੀ ਜੀ ਜੀ, ਮੈਂ ਇਹਨਾਂ ਨੂੰ ਕਰਾਇਆ ਆਹੀ ਗੱਲ ਤੇ, ਆਹੀ ਗੱਲ ਤਾਂ ਆਰ ਐਸ ਐਸ ਵਾਲੇ ਕਹਿਣ ਡਏ ਨੇ ਕਿ ਜਿਹੜਾ ਖਾਲਸਾ ਪੰਥ ਸਿਰਜਿਆ ਸੀ 1699 ਵਿੱਚ ਕਲਗੀਧਰ ਪਾਤਸ਼ਾਹ ਨੇ, ਸਾਡੀ ਰਾਖੀ ਵਾਸਤੇ ਕੀਤਾ, ਇਹ ਖਾਲਸਾ ਪੰਥ ਸਾਜਿਆ ਸੀ, ਇਹੀ ਗੱਲ ਤੇ ਆਰ ਐਸ ਕਹਿੰਦੇ ਕਹਿਣ ਡਏ ਨੇ, ਤੇ ਇਹੀ ਮੱਖਣ ਸਿੰਘ ਕਹਿਣ ਡਿਆ ਆ। ਮੱਖਣ ਸਿੰਘ ਵੀਰ ਜੀ, ਨਹੀਂ, ਇਹ ਮਨੁੱਖੀ ਅਧਿਕਾਰਾਂ ਵਾਸਤੇ ਖਾਲਸਾ ਪੰਥ ਹੋਏ, ਜੇ ਜੀਵੇ ਪਤ ਲੱਥੀ ਜਾਏ ਸਭ ਆਰਾਮ, ਜੇ ਤਾਂ ਕਿਛ ਖਾਏ। ਬਾਣੀ ਪੜ੍ਹੋ, ਸਟੱਡੀ ਕਰੋ, ਫਿਰ ਪਤਾ ਲੱਗੇਗਾ ਵੀ ਇੱਕ ਸਿੱਖ ਪੰਥ ਕੌਣ ਸੀ, ਖਾਲਸਾ ਪੰਥ ਕੀ ਚੀਜ਼ ਸੀ, ਕਿਹੜੀ ਸ਼ੈ ਸੀ ਇਹ, ਕਿਹੜੀ ਸ਼ਕਤੀ ਸੀ ਇਹ, ਇਹ ਮਨੁੱਖਤਾ ਦੇ ਅਧਿਕਾਰਾਂ ਵਾਸਤੇ। ਜੇ ਜੇਕਰ ਜੇਕਰ ਜਿੱਦਾਂ ਇਹ ਹੋਏ, ਜੇ ਮੁਸਲਮਾਨਾਂ ਨਾਲ ਇਹ ਕੰਮ ਹੁੰਦਾ ਨਾ, ਤਾਂ ਮੁਸਲਮਾਨਾਂ ਨਾਲ ਵੀ ਸਿੱਖ ਕੌਮ ਖਾਲਸਾ ਪੰਥ ਨੇ ਖੜਨਾ ਸੀ, ਜਿਵੇਂ ਇਹਨਾਂ ਨਾਲ ਖੜਾ, ਕਿਉਂਕਿ ਮਨੁੱਖੀ ਅਧਿਕਾਰ ਨੇ ਲੜ ਲੈ ਲੈ। ਇਸ ਗੱਲ ਤੋਂ ਤੁਹਾਡੇ ਨਾਲ ਸਹਿਮਤ ਆ, ਸਾਡੇ ਇਮੋਸ਼ਨਸ ਨਾਲ ਖੇਲਿਆ ਜਾਂਦਾ ਕਿਉਂਕਿ ਅਸੀਂ ਐਗਰੈਸਿਵ ਹਾਂ, ਔਰ ਸਾਨੂੰ ਫਿਰ ਇੱਕ ਖੜਾ ਕਰ ਦਿੱਤਾ ਜਾਂਦਾ ਕਿ ਇਹ ਤਾਂ ਸਾਡੇ ਦੇਸ਼ ਦੇ ਜਵਾਨ ਨੇ, ਇਹ ਤਾਂ ਦੇਸ਼ ਦੇ ਲਈ ਆਪਣੇ ਆਪ ਨੂੰ ਨਛਾਵਰ ਕਰਦੇ ਨੇ। ਇੱਕ ਗੱਲ ਹੋਰ, ਲੰਡਨ ਦੇ ਵਿੱਚ ਇੱਕ ਬਿਲਡਿੰਗ ਵਾ, ਸਰਕਾਰੀ ਬਿਲਡਿੰਗ, ਉਹ ਤੇ ਲਿਖਿਆ ਥ੍ਰੈਟਨ ਨਾਟ ਥ੍ਰੈਟਨ ਬੀ ਨੈਵਰ। ਇਹ ਗੁਰਬਾਣੀ ਦਾ ਜਿਹੜਾ ਇਹ ਗੁਰਬਾਣੀ ਦਾ ਪਰਪਸ ਵਾ ਕਿ ਭੈ ਕਾਹੂ ਕੋ ਦੇ ਦੇਣਾ ਨਾ ਭੈ ਮਨ ਤਾਨ, ਨਾ ਕਿਸੇ ਨੂੰ ਡਰਨਾ, ਨਾ ਕਿਸੇ ਨੂੰ ਡਰਾਉਣਾ। ਇਹ ਖਾਲਸਾ ਪੰਥ ਦਾ ਸਿਧਾਂਤ ਹੈ ਮੱਖਣ ਸਿੰਘ ਜੀ। ਮੇਰੇ ਵੀਰ ਜੀ, ਤੁਸੀਂ, ਉਮੀਦ ਆ ਤੁਸੀਂ ਗੁੱਸਾ ਨਹੀਂ ਕਰੋਗੇ, ਇਹਨਾਂ ਦੀ ਰਾਖੀ ਵਾਸਤੇ ਨਹੀਂ ਸੀ ਬਣਿਆ, ਮਨੁੱਖੀ ਅਧਿਕਾਰਾਂ ਵਾਸਤੇ ਖਾਲਸਾ ਪੰਥ। ਜੀ 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 ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭੋਗਲ ਜੀ, ਤੁਸੀਂ ਗੱਲ ਕੀਤੀ, ਮੱਖਣ ਸਿੰਘ ਜੀ ਨੇ ਆਪਣੇ ਤਰਕ ਰੱਖਿਆ, ਔਰ ਮੈਨੂੰ ਲੱਗਦਾ ਜਿਹੜੇ ਦਰਸ਼ਕ ਔਰ ਜਿਹੜੇ ਵਿਊਅਰਸ ਸਾਨੂੰ ਫੋਨ ਕਰਦੇ ਨੇ, ਜਿਹੜੇ ਕਾਲਰ ਸਾਨੂੰ ਕਾਲ ਕਰਦੇ ਨੇ, ਉਹਨਾਂ ਦੇ ਆਪਣੇ ਆਪਣੇ ਤਰਕ ਹੁੰਦੇ ਨੇ, ਔਰ ਉਹਨਾਂ ਦਾ ਕਹਿਣ ਦਾ ਭਾਵ ਇਹੀ ਹੁੰਦਾ, ਉਹਨਾਂ ਦੀ ਗੱਲਾਂ ਤੋਂ ਇਹੀ ਲੱਗਦਾ ਉਹ ਚਾਹੁੰਦੇ ਨੇ ਕਿ ਜਿਹੜੇ ਹਾਲਾਤ ਇਸ ਟਾਈਮ ਹੋਏ ਹੋਏ ਨੇ ਭਾਰਤ ਦੇ ਵਿੱਚ ਉਹ ਸੁਧਰਨ, ਤਾਂ ਕਿ ਜਿਹੜੀ ਜਿਸ ਤਰੀਕੇ ਦੀ ਗੱਲ ਔਰ ਜਿਸ ਤਰੀਕੇ ਦੀ ਖਬਰਾਂ ਉੱਥੋਂ ਦੀ ਆ ਰਹੀਆਂ ਹਨ ਉਹ ਕਿਤੇ ਨਾ ਕਿਤੇ ਦੁੱਖ ਪਹੁੰਚਾ ਰਹੀਆਂ ਹਨ, ਔਰ ਦਿਲ ਦੇ ਵਿੱਚ ਔਰ ਸਾਡੇ ਜ਼ਿਹਨ ਦੇ ਵਿੱਚ ਇਹੀ ਸਵਾਲ ਚੱਲ ਰਹੇ ਨੇ ਕਿ ਆਖਿਰਕਾਰ ਉੱਥੇ ਵਸਦੇ ਲੋਕਾਂ ਦੇ ਨਾਲ ਐਵੇਂ ਕਿਉਂ ਹੋ ਰਿਹਾ ਹੈ, ਕਿਉਂਕਿ ਇਸ ਖਬਰ ਨੇ ਵੀ ਬਹੁਤ ਦੁੱਖ ਪਹੁੰਚਾਇਆ ਸਾਨੂੰ ਕਿ ਜਦ ਪਤਾ ਚੱਲਿਆ ਕਿ ਚਰਨਜੀਤ ਸਿੰਘ ਨੂੰ ਘਰ ਤੋਂ ਗ੍ਰਿਫਤਾਰ ਕੀਤਾ ਗਿਆ, ਜੋ ਕਿ ਦਿੱਲੀ ਵਿਖੇ ਤਿਲਕ ਨਗਰ ਰਹਿੰਦੇ ਨੇ, ਉਹਨਾਂ ਨੂੰ ਇਸ ਕਰਕੇ ਗ੍ਰਿਫਤਾਰ ਕੀਤਾ ਗਿਆ ਕਿ ਸੰਤ ਜਰਨੈਲ ਪਿੰਡਰਾਂ ਵਾਲਿਆਂ ਦੀ ਉਹਨਾਂ ਦੇ ਫੋਟੋ ਆਪਣੇ ਆਟੋ ਰਿਕਸ਼ਾ ਦੇ ਪਿੱਛੇ ਲਾਏ ਹੋਏ ਸੀ। ਮੇਰੇ ਕੋਲ ਹੁਣ ਤਾਜ਼ੀ ਜਾਣਕਾਰੀ ਇਹ ਵੀ ਆਈ ਹੈ ਕਿ ਹੀ ਇਜ਼ ਦੀ ਵਿਕਟਿਮ ਆਫ, ਉਹ ਵਿਕਟਮ ਨੇ ਆਪਣੇ ਕੀ ਕਹਿੰਦੇ ਆ 1984 ਸਿੱਖ ਜੈਨੋਸਾਈਡ ਦੇ, ਜਿਸ ਕਰਕੇ ਉਹਨਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਪਹਿਲਾਂ ਵੀ ਕਰਨਾ ਪੈ ਰਿਹਾ। ਮੇਰੇ ਕੋਲ ਇੱਕ ਵੀਡੀਓ ਆਈ ਹੈ, ਲੇਕਿਨ ਮੈਂ ਇੱਕ ਛੋਟਾ ਜਿਹਾ ਵਕਫਾ ਲੈਣਾ ਚਾਹਾਂਗਾ ਤਾਂ ਕਿ ਮੈਂ ਵਕਫੇ ਦੇ ਵਿੱਚ ਅਸੀਂ ਉਹਨੂੰ
ਪਾ ਸਕੀਏ ਤਾਂ ਕਿ ਤੁਹਾਨੂੰ ਦਿਖਾ ਸਕੀਏ, ਕਿਉਂਕਿ ਐਕਸਕਲੂਸਿਵ ਜਿਹੜੀ ਹੈ ਸਾਡੇ ਕੋਲ ਵੀਡੀਓ ਪਹੁੰਚੀ ਹੈ। ਕੋਸ਼ਿਸ਼ ਕਰਾਂਗਾ ਕਿ ਜੇ ਸਾਡੀ ਟੈਕਨੀਕਲ ਟੀਮ ਵਕਫੇ ਤੋਂ ਜਾਣ ਤੋਂ ਨਾ ਜਾਏ ਔਰ ਅਸੀਂ ਜੇਕਰ ਉਹਨੂੰ ਚਲਾ ਸਕੀਏ, ਵੀ ਕੈਨ ਪੁੱਟ ਔਨ ਸਕਰੀਨ, ਆਪਾਂ ਨੂੰ ਪੁੱਟ ਕਰ ਸਕੀਏ, ਕਿਉਂਕਿ ਸਾਡੇ ਕੋਲ ਐਕਸਕਲੂਸਿਵ ਉੱਥੋਂ ਦੀ ਇੱਕ ਖਬਰ ਸਾਹਮਣੇ ਆ ਰਹੀ ਹੈ। ਅਤੇ ਕੋਸ਼ਿਸ਼ ਕਰਦੇ, ਸਾਡੀ ਟੈਕਨੀਕਲ ਟੀਮ ਵੀ ਪ੍ਰੋਬਲਮ ਜਿਹੜੀ ਹੈ ਆਪਣਾ ਕੋਸ਼ਿਸ਼ ਕਰ ਰਹੀ ਹੈ ਜੇਕਰ ਉਹ ਵੀਡੀਓ ਸਾਨੂੰ ਦਿਖਾ ਸਕਣ, ਲੇਕਿਨ ਕਾਲਰਸ ਮੇਰੇ ਨਾਲ ਲਗਾਤਾਰ ਜੁੜ ਰਹੇ ਨੇ। ਹੈਲੋ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹੈਲੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰਕੀਰ ਸਿੰਘ ਜੀ, ਤੁਸੀਂ ਜਦੋਂ ਦਾ ਆਪਣਾ ਇਹ ਪ੍ਰੋਗਰਾਮ ਸ਼ੁਰੂ ਕੀਤਾ ਨਾ, ਉਸ ਟਾਈਮ ਤੇ ਤੁਸੀਂ ਸੰਤਾਂ ਨੂੰ ਸੰਤ ਜਰਨੈਲ ਭਿੰਡਰਾਂ ਵਾਲੇ ਬੋਲ ਰਹੇ ਹੋ, ਕਿਰਪਾ ਕਰਕੇ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਕਹੋ। ਜੀ, ਮੈਂ ਫਲੋ ਦੇ ਵਿੱਚ ਬੋਲ ਰਿਹਾ ਹੋਣਾ ਜੀ, ਉਸ ਟਾਈਮ ਮੇਰੇ ਅਗਰ ਨਿਕਲ ਗਿਆ ਹੋਏਗਾ ਮੇਰੇ ਮੂੰਹ ਤੋਂ ਤਾਂ ਮੈਂ ਜ਼ਰੂਰ ਮਾਫ਼ੀ ਚਾਹੁੰਦਾ, ਲੇਕਿਨ ਮੈਂ ਖਬਰ ਜਿਸ ਤਰੀਕੇ ਦੇ ਸਾਨੂੰ ਆ ਰਹੀ ਹੈ ਔਰ ਸਾਨੂੰ ਜਿਵੇਂ ਅਪਡੇਟਸ ਆ ਰਹੇ ਨੇ, ਮੈਂ ਇਸ ਕਰਕੇ ਫਲੋ ਦੇ ਵਿੱਚ ਬੋਲ ਰਿਹਾ ਅਤੇ ਮੈਂ ਜ਼ਰੂਰ ਮਾਫ਼ੀ ਚਾਹੁੰਦਾ ਸੰਤ ਜਰਨੈਲ ਸਿੰਘ ਪਿੰਡਰਾਂ ਵਾਲੇ। ਮੈਂ ਇਹੀ ਬੋਲਣ ਦੀ ਕੋਸ਼ਿਸ਼ ਕਰ ਰਿਹਾ, ਲੇਕਿਨ ਕਦੀ ਕਦਾਰ ਫਲੋ ਦੇ ਵਿੱਚ ਗਲਤੀ ਹੋ ਜਾਂਦੀ ਹੈ, ਉਹ ਗੁਸਤਾਖੀ ਮਾਫ਼ ਕਰਿਓ। ਲੇਕਿਨ ਮੇਰੇ ਕੋਲ ਇੱਕ ਅਪਡੇਟ ਅਜੇ ਫਿਲਹਾਲ ਆਇਆ ਕਿ ਸਵੇਰੇ 10 ਵਜੇ ਦੁਬਾਰਾ ਤੋਂ ਉਹਨਾਂ ਨੂੰ ਮੁੜ ਤੋਂ ਬੁਲਾਇਆ ਗਿਆ ਆਪਣਾ ਚਰਨਜੀਤ ਸਿੰਘ ਹੋਰਾਂ ਨੂੰ, ਔਰ ਜੋ ਕਿ ਸਰੋਜੀ ਨਗਰ ਥਾਣੇ ਦੇ ਵਿੱਚ ਉਹਨਾਂ ਨੂੰ ਡਿਟੇਨ ਕੀਤਾ ਜਾਏਗਾ। ਅਤੇ ਨਾਲ ਉਹਨਾਂ ਨੂੰ ਇਹ ਵੀ ਕਿਹਾ ਗਿਆ ਹੈ ਕਿ ਤੁਸੀਂ ਜਿਹੜੀ ਤਸਵੀਰ ਹੈ ਇਹਨੂੰ ਆਪਣੇ ਆਟੋ ਤੋਂ ਹਟਾਓ, ਆਟੋ ਤੋਂ ਤੁਸੀਂ ਇਸ ਤਸਵੀਰ ਨੂੰ ਹਟਾਓ। ਲੇਕਿਨ ਸਵਾਲ ਇੱਥੇ ਹੁਣ ਇਹ ਬਣ ਰਹੇ ਨੇ ਕਿ ਇਸ ਮੁਤਲਕ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਫਿਰ ਉੱਥੇ ਮੌਜੂਦ ਜਿਹੜੇ ਸਿਆਸਤਦਾਨ ਨੇ, ਕੀ ਉਹ ਹੁਣ ਆਪਣਾ ਸਟੈਂਡ ਕਲੀਅਰ ਕਰਨਗੇ, ਕੀ ਹੁਣ ਉਹ ਵੀ ਸਾਹਮਣੇ ਆਉਣਗੇ ਜਿਹੜੇ ਹੋਰ ਮੁੱਦਿਆਂ ਦੇ ਉੱਤੇ ਉਹ ਕ੍ਰੈਡੀਬਿਲਿਟੀ ਆਪਣੀ ਲੈਂਦੇ ਨੇ ਮੀਡੀਆ ਦੇ ਅੱਗੇ, ਕੀ ਹੁਣ ਉਹ ਸਾਹਮਣੇ ਆ ਕੇ ਆਪਣੀ ਜਿਹੜੀ ਗੱਲ ਹੈ, ਆਪਣਾ ਜਿਹੜਾ ਸਟੈਂਡ ਹੈ ਉਹ ਕਲੀਅਰ ਕਰਨਗੇ? ਕਿਉਂਕਿ ਮੈਨੂੰ ਲੱਗਦਾ ਕਿ ਇਸ ਟਾਈਮ ਰਾਤ ਦੇ ਉੱਥੇ 2:30 ਵੱਜ ਰਹੇ ਹੋਣੇ ਆ ਔਰ ਇਸ ਟਾਈਮ ਬਹੁਤ ਟਾਈਮ ਜ਼ਿਆਦਾ ਹੋ ਚੁੱਕਿਆ। ਸਵੇਰੇ ਲੱਗਦਾ ਕਿ ਜਦ ਮੀਡੀਆ ਦੇ ਵਿੱਚ ਇਹ ਖਬਰ ਪਹੁੰਚੇਗੀ, ਕਿਉਂਕਿ ਜਸ ਬ੍ਰੋਡਕਾਸਟਿੰਗ ਨੇ ਇਸ ਖਬਰ ਨੂੰ ਬਿਲਕੁਲ ਐਕਸਕਲੂਸਿਵ ਤੁਹਾਡੇ ਸਾਹਮਣੇ ਅਸੀਂ ਲੈ ਕੇ ਆਏ ਹਾਂ ਔਰ ਅਸੀਂ ਦਿਖਾਉਣ ਦੀ ਤੁਹਾਨੂੰ ਕੋਸ਼ਿਸ਼ ਕੀਤੀ ਹੈ, ਤਾਜ਼ਾ ਅਪਡੇਟ ਵੀ ਤੁਹਾਨੂੰ ਦਿਖਾਉਣ ਦੀ, ਦਰਸਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਚਰਨਜੀਤ ਸਿੰਘ ਹੋਰਾਂ ਨੂੰ ਲਿਆ ਸੀਗਾ ਲਾਈਨ 'ਤੇ, ਉਹਨਾਂ ਨੇ ਕਿਹਾ ਕਿ ਮੈਨੂੰ ਨਹੀਂ ਪਤਾ, ਇੱਕ ਕਿਸੇ ਨੇ FIR ਲਾਂਚ ਕੀਤੀ ਸੀਗੀ, ਆਰਮੀ ਦੇ ਆਫਿਸਰ ਨੇ ਰਿਟਾਇਰਡ, ਜਿਨ੍ਹਾਂ ਨੇ ਉਹਨਾਂ ਦੇ ਅਗੇਂਸਟ FIR ਪੁਲਿਸ ਕੰਪਲੇਂਟ ਦਿੱਤੀ। ਉਸ ਤੋਂ ਬਾਅਦ ਉਹਨਾਂ ਨੂੰ ਡਿਟੇਨ ਕੀਤਾ ਗਿਆ ਘਰ ਤੋਂ ਡਿਟੇਨ ਕਰਨ ਤੋਂ ਬਾਅਦ ਉਹਨਾਂ ਨੂੰ ਥਾਣੇ ਲਿਜਾਇਆ ਗਿਆ। ਥਾਣੇ ਉਹਨਾਂ ਦੇ ਨਾਲ ਘੱਟੋ ਘੱਟ 8-9 ਘੰਟੇ ਪੁੱਛਗਿੱਛ ਕੀਤੀ ਗਈ। 8-9 ਘੰਟੇ ਪੁੱਛਗਿੱਛ ਕਰਨ ਤੋਂ ਬਾਅਦ ਉੱਥੇ ਮੌਜੂਦ ਜੋ ਕਿ ਕੁਲਦੀਪ ਸਿੰਘ ਸਾਹਨੀ, ਉੱਥੇ ਦੇ ਦਿੱਲੀ ਸਿੱਖ ਦੁਆਰਾ ਪ੍ਰਬੰਧਕ ਕਮੇਟੀ ਦੇ ਐਗਜ਼ੈਕਟਿਵ ਮੈਂਬਰ ਨੇ, ਉਹ ਆਪਣੇ ਨਾਲ ਸੰਗਤ ਲੈ ਕੇ ਪਹੁੰਚੇ। ਜਦ ਸੰਗਤ ਉੱਥੇ ਪਹੁੰਚੀ ਤਾਂ ਕਿਤੇ ਨਾ ਕਿਤੇ ਪ੍ਰੈਸ਼ਰ ਪਿਆ ਪੁਲਿਸ ਅਫਸਰ ਦੇ ਉੱਤੇ, ਲੇਕਿਨ SHO ਜਿਹੜੇ ਨੇ ਉਹ ਆਪ ਖੁਦ ਫੋਨ ਨਹੀਂ ਉਠਾ ਰਹੇ, ਜਾਣਨ ਦੀ ਕੋਸ਼ਿਸ਼ ਕਰਦੇ ਕਿ ਕਿਉਂ ਨਹੀਂ ਫੋਨ ਉਠਾ ਰਹੇ। ਲੇਕਿਨ ਜਦ ਸਾਨੂੰ ਪਤਾ ਚੱਲਿਆ ਤਾਂ ਉਹ ਕਿਸੇ ਦਾ ਵੀ ਫੋਨ ਨਹੀਂ ਉਠਾ ਰਹੇ, ਇਹ ਸਾਨੂੰ ਸਾਡੀ ਟੀਮ ਨੇ ਜਾਣਕਾਰੀ ਦਿੱਤੀ। ਮੇਰੇ ਨਾਲ ਕਾਲਰਸ ਲਗਾਤਾਰ ਜੁੜ ਰਹੇ ਨੇ, ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਮੁਤਲਕ। ਹੈਲੋ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਹਰਪ੍ਰੀਤ ਸਿੰਘ ਜੀ, ਮੈਂ ਗੁਰਨਾਮ ਸਿੰਘ ਲੰਡਨ ਤੋਂ ਬੋਲ ਰਿਹਾ। ਜੀ ਗੁਰਨਾਮ ਸਿੰਘ ਜੀ, ਕੀ ਕਹਿਣਾ ਚਾਹੋਗੇ? ਹਾਂਜੀ, ਇਹ ਜਿਹੜਾ ਬੜਾ ਗੰਭੀਰ ਹੈ ਮਸਲਾ, ਪਰ ਇਹ ਤੁਹਾਨੂੰ ਵਾਲੀਆ ਸਾਹਿਬ ਸਾਨੂੰ ਸੋਚਣਾ ਪਊਗਾ ਵੀ ਅਸੀਂ ਗੁਲਾਮ ਆ, ਇਹ ਸਾਨੂੰ ਅਹਿਸਾਸ ਕਰਾ ਰਹੇ ਆ। ਜੀ ਜੀ, ਬਾਕੀ ਜਿਹੜੇ ਆ, ਜਿਹੜੇ 9 ਮਾਸ ਦਾ ਰਿਸ਼ਤਾ ਤੇ ਇਸਤਰੀ ਤੇ ਆਪਣੀ ਪਤਨੀ ਪਤਨੀ ਦਾ ਰਿਸ਼ਤਾ ਦੱਸਦੇ ਆ, ਇਹ ਸੋਨੇ ਦੇ ਪਿੰਜਰੇ ਦੇ ਤੋਤੇ ਆ ਸਾਰੇ, ਔਰ ਸੋਨੇ ਦੇ ਪਿੰਜਰੇ ਦੇ ਵਿੱਚ ਬਹਿ ਕੇ ਚੂਰੀ ਰਾਮ ਦੇ ਨਾਲ ਖਾਂਦੇ ਆ। ਇਹਨਾਂ ਤੋਂ ਇੱਡੀ ਕੋਈ ਆਸ ਨਹੀਂ ਰੱਖਣੀ ਚਾਹੀਦੀ, ਸਿੱਖਾਂ ਨੂੰ ਆਪ ਸੋਚਣਾ ਚਾਹੀਦਾ ਵੀ ਅਸੀਂ ਇਸ ਚੀਜ਼ ਤੋਂ ਕਿੱਦਾਂ ਬਾਹਰ ਨਿਕਲਣਾ ਆ। ਓਕੇ ਜੀ, ਧੰਨਵਾਦ ਤੁਹਾਡਾ ਬਹੁਤ ਬਹੁਤ ਜੀ, ਬਹੁਤ ਬਹੁਤ ਧੰਨਵਾਦ ਜੀ। ਤਾਜ਼ਾ ਜਾਣਕਾਰੀ ਦੇ ਹਿਸਾਬ ਨਾਲ ਹੁਣ ਜਿਹੜੇ DSGMC ਦੇ ਲੀਗਲ ਸੈੱਲ ਦੇ ਚੇਅਰਮੈਨ ਨੇ ਜਸਵਿੰਦਰ ਸਿੰਘ ਜੋਲੀ, ਉਹਨਾਂ ਨਾਲ ਸਾਡੀ ਟੀਮ ਦੀ ਗੱਲ ਚੱਲ ਰਹੀ ਸੀਗੀ, ਅਤੇ ਉਹਨਾਂ ਨੇ ਇਹ ਕਿਹਾ ਕਿ ਸਵੇਰੇ ਅਸੀਂ ਇਸ ਮੁਤਲਕ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਹਾਂ। ਅਤੇ ਇਹ ਵੀ ਜਾਣਕਾਰੀ ਸਾਡੇ ਕੋਲ ਹੁਣੇ ਪਹੁੰਚੀ ਹੈ ਕਿ ਸਵੇਰੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਸਟੈਂਡ ਕਲੀਅਰ ਕਰੇਗੀ। ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਇੱਕ ਵੀਡੀਓ ਜਿਹੜੀ ਹੈ ਇਸ ਟਾਈਮ ਦੇ ਹਾਲ ਫਿਲਹਾਲ ਦੀ ਉੱਥੋਂ ਸਾਨੂੰ ਆਈ ਹੈ, ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹ ਵੀ ਤੁਹਾਨੂੰ ਦਿਖਾਈਏ। ਟੈਕਨੀਕਲ ਪ੍ਰੋਬਲਮ ਕਾਰਨ ਅਸੀਂ ਤੁਹਾਨੂੰ ਹਜੇ ਨਹੀਂ ਦਿਖਾ ਪਾ ਰਹੇ, ਲੇਕਿਨ ਕੋਸ਼ਿਸ਼ ਅਸੀਂ ਜ਼ਰੂਰ ਕਰ ਰਹੇ ਹਾਂ ਕਿ ਤੁਹਾਨੂੰ ਦਿਖਾ ਪਾਈਏ। ਲੇਕਿਨ ਅਪਡੇਟ ਫਿਲਹਾਲ ਇਹੀ ਹੈ ਕਿ ਸਵੇਰੇ 10 ਵਜੇ ਹੁਣ ਚਰਨਜੀਤ ਸਿੰਘ ਅਤੇ ਉਹਨਾਂ ਦੇ ਜਿਹੜੇ ਨਾਲ ਉਹਨਾਂ ਦੇ ਫਰੈਂਡਸ ਨੇ ਉਹਨਾਂ ਨੂੰ ਵੀ ਸਵੇਰੇ ਬੁਲਾਇਆ ਗਿਆ। ਫਿਲਹਾਲ ਬਿਆਨ ਲਿਖਵਾ ਲਿਆ ਗਿਆ ਕਿ ਤੁਸੀਂ ਇਹ ਫੋਟੋ ਕਿਉਂ ਲਈ ਹੈ। ਸਮਝ ਇਹ ਨਹੀਂ ਆਇਆ ਕਿ ਪੁਲਿਸ ਅਫਸਰ ਜਿਹੜੇ ਨੇ ਉੱਥੇ ਮੌਜੂਦ, ਜਿਹੜਾ ਇਨਵੈਸਟੀਗੇਟਿੰਗ ਆਫਿਸਰ ਹੈ IO ਜਿਹੜਾ, ਉਹ ਇਹ ਕਹਿ ਰਿਹਾ ਕਿ ਤੈਨੂੰ ਇਸ ਕਰਕੇ ਆਪਾਂ ਗ੍ਰਿਫਤਾਰ ਕੀਤਾ ਜਾਂ ਡਿਟੇਨ ਕੀਤਾ ਕਿਉਂਕਿ ਇਹ ਟੈਰਰਿਸਟ ਨੇ।
ਤੇ ਹੁਣ ਇਹ ਨਵੀਂ ਜਿਹੜੀ ਗੱਲ ਸ਼ੁਰੂ ਹੋ ਗਈ ਹੈ ਕਿ ਉਹਨਾਂ ਨੂੰ ਹੁਣ ਅੱਤਵਾਦੀ ਕਿਹਾ ਜਾ ਰਿਹਾ, ਪਹਿਲਾਂ ਵੀ ਕਹਿੰਦੇ ਆ ਰਹੇ ਸੀਗੇ ਲੇਕਿਨ ਹੁਣ ਇਹ ਐਕਸਪੋਜ਼ ਕਰ ਰਹੇ ਨੇ, ਅਤੇ ਇਹ ਗੱਲ ਕਿੱਥੇ ਨਾ ਕਿੱਥੇ ਹੁਣ ਜਿਹੜੇ ਸਾਡੇ ਸਿੱਖ ਭਾਈਚਾਰੇ ਦੇ ਲੋਕ ਨੇ ਜੋ ਕਿ ਆਪ ਵੱਸਦੇ ਨੇ ਭਾਰਤ ਦੇ ਵਿੱਚ, ਔਰ ਸਭ ਤੋਂ ਵੱਡੀ ਗੱਲ ਜਿਹੜੇ ਸਿਰਮੌਰ ਨੇ ਸਿੱਖਾਂ ਦੇ ਜਿਹੜੇ ਵੱਖ ਵੱਖ ਸੰਸਥਾਵਾਂ ਦੇ ਵੱਖ ਵੱਖ ਜਮਾਤਾਂ ਦੇ ਉੱਥੇ ਮੌਜੂਦ ਨੇ, ਉਹਨਾਂ ਨੂੰ ਵੀ ਆਪਣਾ ਸਟੈਂਡ ਇਸ ਮੁਤਲਕ ਜ਼ਰੂਰ ਕਲੀਅਰ ਸਵੇਰੇ ਕਰਨਾ ਚਾਹੀਦਾ। ਜੇਕਰ ਨਹੀਂ ਕਰਦੇ ਤਾਂ ਜਸ ਬ੍ਰੋਡਕਾਸਟਿੰਗ ਦੀ ਟੀਮ ਹੈ ਔਰ ਉਹ ਸਵਾਲ ਜ਼ਰੂਰ ਉਹਨਾਂ ਤੋਂ ਪੁੱਛੇਗੀ। ਮੇਰੇ ਨਾਲ ਕਾਲਰਸ ਲਗਾਤਾਰ ਜੁੜ ਰਹੇ ਨੇ। ਹੈਲੋ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ, ਮੈਂ ਰਿਚਮੰਡ ਤੋਂ ਬੋਲ ਰਹੀ ਹਾਂ। ਮੇਰਾ ਨਾਮ ਮਿਸਿਜ਼ ਵਿਰਦੀ ਬੋਲ ਰਹੀ ਰਿਚਮੰਡ ਸਰੇ। ਮੈਂ ਪ੍ਰੋਗਰਾਮ ਦੇਖ ਰਹੀ ਸੀ ਤੁਹਾਡਾ, ਸਾਡਾ ਮੁੱਦਾ ਹੁਣੇ ਕਿ ਮੇਰੀ ਸੋ ਮੱਚ ਅਪਸੈਟ ਹੋ ਗਈ ਮੈਂ ਸੁਣ ਕੇ, ਉਹ ਜਿਹੜਾ ਆਟੋ ਡਰਾਈਵਰ ਨੂੰ ਪਕੜਿਆ ਗਿਆ ਹੈਗਾ। ਜੀ ਜੀ ਜੀ। ਅੱਛਾ, ਉਹਦੇ ਬਾਰੇ ਮੈਨੂੰ ਗੁੱਸਾ ਇਸ ਚੀਜ਼ ਆ ਰਿਹਾ ਕਿ ਵੀ ਪੁਲਿਸ ਨੇ ਜਿਹੜੇ ਬੰਦੇ ਆ ਉਹਨੇ ਪਿਛਲੇ ਦੋ ਹਫ਼ਤੇ ਹੋਏ ਆ, ਮੈਨੂੰ ਕਿਸੇ ਨੇ ਵਟਸਐਪ ਭੇਜਿਆ ਕਿ ਹਲਦੀਰਾਮ ਦੇ ਜਿਹੜੇ ਪੈਕਟ ਸਾਰੇ ਖਾਣੇ ਦੇ ਉਹਦੇ ਉੱਤੇ ਹਰਿਮੰਦਰ ਸਾਹਿਬ ਦੀ ਫੋਟੋ ਆਈ ਹੋਈ ਹੈ ਤੇ ਉਹ ਬਿਨ ਵਿੱਚ ਪਾ ਰਹੇ, ਤੇ ਉਹਦੀ ਐਕਸ਼ਨ ਕਿਸੇ ਨੇ ਹੁਣ ਤੱਕ ਲਈ ਨਹੀਂ। ਤੇ ਅੱਜ ਜੇ ਉਹ ਬਾਬਾ ਭਿੰਡਰਾ ਸਾਹਿਬ ਦੇ ਇਹ ਉਹਨਾਂ ਦੀ ਫੋਟੋ ਪਿੱਛੇ ਲਗਾਈ ਹੋਈ ਹੈ ਆਟੋ ਦੇ, ਤੇ ਉਹਨੂੰ ਪਕੜਨ ਦਾ ਕੀ ਮਤਲਬ ਹੈ? ਜੀ ਜੀ ਜੀ, ਮੈਂ ਇਹ ਪਤਾ ਕਰਨਾ ਚਾਹੁੰਦੀ ਹਾਂ। ਬਿਲਕੁਲ, ਇਹ ਖਬਰ ਸਾਡੇ ਕੋਲ ਵੀ ਆਈ ਸੀਗੀ ਲੇਕਿਨ ਅਪਡੇਟ ਅਸੀਂ ਤੁਹਾਨੂੰ ਜ਼ਰੂਰ ਦੇਵਾਂਗੇ। ਤੁਸੀਂ ਥੈਂਕ ਯੂ, ਤੁਸੀਂ ਸਾਨੂੰ ਦੱਸਿਆ, ਅਸੀਂ ਕੋਸ਼ਿਸ਼ ਕਰਾਂਗੇ ਕਿ ਇਸ ਮੁੱਦੇ 'ਤੇ ਵੀ ਉੱਤੇ ਅਸੀਂ ਵਿਚਾਰ ਵਟਾਂਦਰਾ ਜ਼ਰੂਰ ਕਰੀਏ। ਲੇਕਿਨ ਇੱਥੇ ਮੈਂ ਤੁਹਾਨੂੰ ਦੱਸ ਰਿਹਾ ਕਿ ਮਾਹੌਲ ਮੈਨੂੰ ਲੱਗਦਾ ਕਿਤੇ ਨਾ ਕਿਤੇ ਕ੍ਰੀਏਟ ਜਿਹੜਾ ਉਹ ਇਸ ਟਾਈਮ ਹੋ ਰਿਹਾ ਉੱਥੇ, ਕਿਉਂਕਿ ਕੱਲ੍ਹ ਬਿਆਨ ਜਿਹੜੇ ਨੇ ਲਗਾਤਾਰ ਸਿਆਸਤਦਾਨਾਂ ਵੱਲੋਂ ਆ ਰਹੇ ਨੇ। ਲੇਕਿਨ ਮੈਨੂੰ ਹੁਣ ਇਹ ਲੱਗਦਾ ਕਿ ਹੁਣ ਖੁੱਲ੍ਹ ਕੇ ਸਾਹਮਣੇ ਸਾਡੇ ਅਹੁਦੇਦਾਰਾਂ ਨੂੰ ਆਉਣਾ ਚਾਹੀਦਾ ਜੋ ਕਿ ਵੱਖ ਵੱਖ ਜਮਾਤਾਂ ਦੀ ਨੁਮਾਇੰਦਗੀ ਕਰਦੇ ਨੇ ਭਾਰਤ ਦੇ ਵਿੱਚ। ਹੁਣ ਉਹਨਾਂ ਨੂੰ ਆਪਣਾ ਸਟੈਂਡ ਜਿਹੜਾ ਜ਼ਰੂਰ ਕਲੀਅਰ ਕਰਨਾ ਚਾਹੀਦਾ ਕਿ ਉਹ ਇਸ ਮੁਤਲਕ ਕੀ ਸੋਚ ਰਹੇ ਨੇ। ਜੇਕਰ ਉਹ ਆਪਣਾ ਸਟੈਂਡ ਕਲੀਅਰ ਕਰਦੇ ਹਨ ਤਾਂ ਕਿਤੇ ਨਾ ਕਿਤੇ ਕੌਨਫੀਡੈਂਸ ਲੈਵਲ ਜਿਹੜਾ ਹੈ ਉੱਥੇ ਮੌਜੂਦ ਸੰਗਤ ਦੇ ਵਿੱਚ ਆਏਗਾ, ਔਰ ਜੇਕਰ ਸੰਗਤ ਦੇ ਵਿੱਚ ਕੌਨਫੀਡੈਂਸ ਲੈਵਲ ਆਏਗਾ ਤਾਂ ਇੱਕ ਮੈਸੇਜ ਉੱਥੇ ਮੌਜੂਦ ਜਿਹੜੇ ਸਿਆਸਤਦਾਨ ਨੇ ਜੋ ਕਿ ਵੱਡੇ ਵੱਡੇ ਅਹੁਦਿਆਂ ਦੇ ਵਿੱਚ ਬੈਠੇ ਨੇ, ਸੈਂਟਰਲ ਗਵਰਨਮੈਂਟ ਜਿਹੜੀ ਹੈ ਉਹਨਾਂ ਕੋਲ ਵੀ ਪਹੁੰਚੇਗਾ ਕਿ ਵਾਕਈ ਇਹ ਜਿਹੜੀ ਗੱਲ ਅੱਜ ਹੋਈ ਹੈ ਦਿੱਲੀ ਦੇ ਵਿੱਚ, ਕੱਲ੍ਹ ਨੂੰ ਇਹ ਪੰਜਾਬ ਦੇ ਵਿੱਚ ਵੀ ਹੋ ਸਕਦੀ ਹੈ, ਕੀ ਇਹ ਇਸ ਗੱਲ ਨੂੰ ਹੁਣ ਹੱਲਾਸ਼ੇਰੀ ਦੇਣਾ ਚਾਹੁੰਦੇ ਨੇ ਤਾਂ ਕਿ ਇਹ ਪੂਰੇ ਭਾਰਤ ਦੇ ਵਿੱਚ ਇੱਕ ਮੈਸੇਜ ਆਏ ਕਿ ਤੁਸੀਂ ਫੋਟੋ ਨਹੀਂ ਲਗਾ ਸਕਦੇ, ਖਾਸ ਤੌਰ 'ਤੇ ਸੰਤ ਜਰਨੈਲ ਪਿੰਡਰਾ ਵਾਲਿਆਂ ਦੀ ਤੁਸੀਂ ਫੋਟੋ ਬਿਲਕੁਲ ਵੀ ਯੂਜ਼ ਨਹੀਂ ਕਰ ਸਕਦੇ। ਮੈਂ ਫਿਰ ਮਾਫ਼ੀ ਚਾਹਾਂਗਾ, ਸੰਤ ਜਰਨੈਲ ਸਿੰਘ ਪਿੰਡਰਾ ਵਾਲਿਆਂ ਦੀ ਫੋਟੋ ਤੁਸੀਂ ਨਹੀਂ ਲਗਾ ਸਕਦੇ, ਕਿਉਂਕਿ ਕਿਤੇ ਨਾ ਕਿਤੇ ਮੈਂ ਭੈਣ ਜੀ, ਜੇ ਤੁਸੀਂ ਮੈਨੂੰ ਸੁਣ ਪਾ ਰਹੇ ਹੋ ਤਾਂ ਮੈਂ ਅਪੋਲੋਜਾਈਜ਼ ਕਰਦਾ, ਲੇਕਿਨ ਜਦ ਗੱਲ ਇਹਨਾਂ ਦੀ ਆਉਂਦੀ ਹੈ ਤਾਂ ਮੈਨੂੰ ਲੱਗਦਾ ਕਿ ਜਦ ਸਾਡੇ ਦਿਲ ਦੇ ਵਿੱਚ ਇਸ ਗੱਲ ਨੂੰ ਲੈ ਕੇ ਸਤਿਕਾਰ ਹੈ ਤਾਂ ਉਹ ਕਦੀ ਕਵਾਰ ਜ਼ੁਬਾਨ ਦੇ ਵਿੱਚ ਨਹੀਂ ਆ ਪਾਉਂਦਾ, ਜ਼ੁਬਾਨ ਫਿਸਲ ਜਾਂਦੀ ਹੈ। ਲੇਕਿਨ ਮੈਂ ਜ਼ਰੂਰ ਮਾਫ਼ੀ ਚਾਹੁੰਦਾ ਤੁਹਾਡੇ ਤੋਂ, ਕਿਉਂਕਿ ਅਸੀਂ ਜ਼ਰੂਰ ਰਿਸਪੈਕਟ ਕਰਦੇ ਹਾਂ ਔਰ ਬਾਕੀ ਅਸੀਂ ਸਿੰਘ ਹਾਂ, ਅਤੇ ਫਿਰ ਸਾਨੂੰ ਲੱਗਦਾ ਕਿ ਸਿੰਘ ਹੀ ਲਾਉਣਾ ਚਾਹੀਦਾ ਹੈ ਔਰ ਜ਼ਰੂਰ ਲਾਉਣਾ ਚਾਹੀਦਾ, ਕਿਉਂਕਿ ਜਦ ਅਸੀਂ ਆਪਣੇ ਨਾਂ ਦੇ ਪਿੱਛੇ ਸਿੰਘ ਔਰ ਕੌਰ ਲਾਉਂਦੇ ਤਾਂ ਤੁਹਾਡਾ ਜਿਹੜਾ ਸਾਡਾ ਮਾਣ ਹੈ ਹੋਰ ਵੱਧ ਜਾਂਦਾ। ਮੈਂ ਇਸ ਗੱਲ ਨੂੰ ਬਿਲਕੁਲ ਸਮਝਦਾ, ਲੇਕਿਨ ਮੈਂ ਗੱਲ ਕਰ ਰਿਹਾ ਸੀਗਾ ਕਿ ਅੱਜ ਇੱਕ ਫੋਟੋ ਜਿਹੜੀ ਹੈ ਉਹ ਅਗਰ ਅਸੀਂ ਆਟੋ ਦੇ ਪਿੱਛੇ ਲਾਉਂਦੇ ਹਾਂ ਜਾਂ ਫਿਰ ਟੈਕਸੀ ਦੇ ਪਿੱਛੇ ਲਾਉਂਦੇ ਹਾਂ ਜਿਸ ਕਰਕੇ ਉਹਨਾਂ ਨੂੰ ਡਿਟੇਨ ਕੀਤਾ ਜਾ ਰਿਹਾ, ਅਤੇ ਕੀ ਡਿਫਰੈਂਟ ਲਾਅਜ਼ ਨੇ ਦੋਨੋਂ ਸਟੇਟਾਂ ਦੇ ਵਿੱਚ? ਜੇਕਰ ਅਸੀਂ ਹੁਣ ਪੰਜਾਬ ਦੇ ਵੱਲ ਚਲੇ ਜਾਈਏ ਤਾਂ ਉੱਥੇ ਤਾਂ ਅਸੀਂ ਵੇਖਦੇ ਹਾਂ ਆਮ ਤੌਰ 'ਤੇ ਹੀ ਫੋਟੋ ਲੱਗੀ ਹੁੰਦੀ ਹੈ, ਠੀਕ ਹੈ ਜੀ। ਉਸ ਤੋਂ ਬਾਅਦ ਦਿੱਲੀ ਆ ਜਾਈਏ ਤਾਂ ਦਿੱਲੀ ਕਈ ਸਾਡੇ ਇਲਾਕੇ ਨੇ ਜਿਵੇਂ ਤਿਲਕ ਨਗਰ ਹੋ ਗਿਆ, ਵਿਸ਼ਨੂੰ ਗਾਰਡਨ ਹੋ ਗਿਆ, ਉਸ ਤੋਂ ਬਾਅਦ ਸੁਭਾਸ਼ ਨਗਰ ਹੋ ਗਿਆ, ਰਾਜੌਰੀ ਗਾਰਡਨ ਹੋ ਗਿਆ, ਜੋ ਕਿ ਵੈਸਟ ਦਿੱਲੀ ਦਾ ਇਲਾਕਾ ਹੈ ਜਿੱਥੇ ਬਹੁਤ ਮਾਨਤਾ ਹੈਗੀ ਔਰ ਸਿੱਖੀ ਬਹੁਤ ਹੀ ਵਧੀਆ ਢੰਗ ਨਾਲ ਉੱਥੇ ਪ੍ਰਫੁੱਲਿਤ ਹੈ ਔਰ ਉੱਥੇ ਹਰ ਕੋਈ ਸਤਿਕਾਰ ਕਰਦਾ। ਅਤੇ ਕੀ ਉਹਨਾਂ ਇਲਾਕਿਆਂ ਦੇ ਵਿੱਚ ਔਰ ਖਾਸ ਤੌਰ 'ਤੇ ਦਿੱਲੀ ਦੇ ਵਿੱਚ ਹੁਣ ਇੱਕ ਪ੍ਰੈਸ਼ਰ ਬਣਾਇਆ ਜਾ ਰਿਹਾ, ਇੱਕ ਮਾਹੌਲ ਕ੍ਰੀਏਟ ਕੀਤਾ ਜਾ ਰਿਹਾ, ਕਿਉਂਕਿ ਜਿਹੜੀ ਗੱਲ 2019 ਹਿੰਦੂ ਰਾਸ਼ ਏਜੰਡੇ ਦੀ ਹੋ ਰਹੀ ਹੈ, ਕੀ ਇਹ ਉਸੇ ਤਰਫ ਦਾ ਰੋਡ ਮੈਪ ਹੈ? ਇਹ ਸਵਾਲ ਬਣੇ ਹੋਏ ਹਨ, ਅਸੀਂ ਜ਼ਰੂਰ ਇਸ ਬਾਰੇ ਵੀ ਵਿਚਾਰ ਵਟਾਂਦਰਾ ਜ਼ਰੂਰ ਕਰਾਂਗੇ। ਕਾਲਰਸ ਮੇਰੇ ਨਾਲ ਲਗਾਤਾਰ ਜੁੜ ਰਹੇ ਨੇ। ਹੈਲੋ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕਿੱਥੋਂ ਬੋਲ ਰਹੇ? ਹੈਲੋ, ਸਤਿ ਸ਼੍ਰੀ ਅਕਾਲ ਜੀ, ਕੀ ਤੁਸੀਂ ਮੈਨੂੰ ਸੁਣ ਪਾ ਰਹੇ ਹੋ? ਲੱਗਦਾ ਸਾਡੀ ਗੱਲ ਉਹਨਾਂ ਤੱਕ ਨਹੀਂ ਪਹੁੰਚ ਰਹੀ ਜਾਂ ਫਿਰ ਉਹਨਾਂ ਦੀ ਆਵਾਜ਼ ਸਾਡੇ ਕੋਲ ਨਹੀਂ ਆ ਰਹੀ, ਲੇਕਿਨ ਤੁਸੀਂ ਮੈਨੂੰ ਈਮੇਲ ਕਰ ਸਕਦੇ ਹੋ ਕਿ ਇਸ ਮੁਤਲਕ ਤੁਸੀਂ ਕੀ ਕੁਝ ਸੋਚਦੇ ਹੋ। ਤੁਸੀਂ ਹੇਠ ਲਿਖੀ ਈਮੇਲ ਆਈ ਡੀ ਦੇ ਉੱਤੇ ਮੈਨੂੰ ਈਮੇਲ ਕਰ ਸਕਦੇ ਹੋ, ਹਰਕੀਰਤ@justbroadcasting.com, info@justbroadcasting.com ਦੇ ਉੱਤੇ, ਔਰ
ਆਪਣਾ ਸੁਨੇਹਾ, ਆਪਣਾ ਫੀਡਬੈਕ, ਆਪਣਾ ਵਿਚਾਰ ਜੇਕਰ ਤੁਹਾਡੇ ਜ਼ਿਹਨ ਦੇ ਵਿੱਚ ਕੋਈ ਚੱਲ ਰਹੇ ਨੇ, ਤੁਸੀਂ ਇਸ ਹੇਠ ਲਿਖੀ ਈਮੇਲ ਆਈਡੀ ਦੇ ਉੱਤੇ ਤੁਸੀਂ ਭੇਜ ਸਕਦੇ ਹੋ, ਔਰ ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ ਉਹਨੂੰ ਰਿਵਰਟ ਬੈਕ ਕਰੀਏ ਔਰ ਤੁਹਾਨੂੰ ਜ਼ਰੂਰ ਉਸ ਗੱਲ ਦਾ ਆਂਸਰ ਦਈਏ। ਜਾਂਦੇ ਜਾਂਦੇ ਇੱਕ ਕਾਲ ਲੈ ਲੈਂਦੇ ਹਾਂ, ਕਾਲ ਕਰ ਰਹੇ ਨੇ ਕਾਫੀ ਦੇਰ ਤੋਂ, ਇੱਕ ਕਾਲਰ ਮੈਂ ਦੇਖ ਰਿਹਾ। ਹੈਲੋ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ। ਜੀ ਮੈਂ ਭਾਜੀ ਹਰਤੇਜ ਸਿੰਘ ਬੋਲਦਾ। ਜੀ ਕੀ ਕਹਿਣਾ ਚਾਹੋਗੇ? ਮੈਂ ਕਹਿਣਾ ਚਾਹੁੰਦਾ ਕਿ ਮੋਦੀ ਦੀਆਂ ਫੋਟੋਆਂ ਜਾਂ ਹਿੰਦੂਆਂ ਦੀਆਂ ਫੋਟੋਆਂ ਬਾਜ਼ਾਰਾਂ ਦੇ ਮਾਟੋ ਤੇ ਥਾਂ ਥਾਂ ਤੇ ਲੱਗੀਆਂ ਨੇ, ਵੱਡੇ ਵੱਡੇ ਬੈਨਰ ਲੱਗੇ ਨੇ ਜੀ ਜੀ। ਉਸ ਸਪੈਕਟਰ ਨੂੰ ਅੰਨੇ ਨੂੰ ਇਹ ਨੀ ਲਿਖਿਆ ਵੀ ਇਹ ਬੰਦਿਆਂ ਦੀਆਂ ਫੋਟੋਆਂ ਥਾਂ ਥਾਂ ਤੇ ਲੱਗੀਆਂ ਨੇ, ਪਰ ਇਸ ਬੰਦੇ ਨੇ ਤਾਂ ਬਹੁਤ ਦੇਸ਼ ਵਾਸਤੇ ਕੁਰਬਾਨੀ ਕੀਤੀ, ਇਹਨੂੰ ਵੀ ਕੀ ਤਕਲੀਫ ਹੋ ਗਈ? ਜੀ 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 ਜੀ। ਤੇ ਇਸ ਕਰਕੇ ਖਾਲਸਾ ਜੀ, ਹੁਣ ਟਾਈਮ ਥੋੜਾ ਜ਼ਿਆਦਾ ਟਾਈਮ ਨਹੀਂ ਲੈਂਦਾ, ਪਰ ਮੈਂ ਦੱਸਾਂਗਾ ਕਿ ਇਸ ਬੰਦੇ ਨੇ ਜਿਹੜੇ ਵੀ ਬੰਦੇ ਨੇ ਸੁਖਬੀਰ ਬਾਦਲ ਨੂੰ ਤੇ ਦੂਜੇ ਬਾਦਲ ਨੂੰ ਸ਼ਰਮ ਆਣੀ ਚਾਹੀਦੀ ਹੈ, ਉਹ ਪੱਗ ਦਿੰਦੇ ਕਿਉਂ ਨੇ ਇਹਨਾਂ ਹਿੰਦੂਆਂ ਨੂੰ? ਜੀ 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 ਜੀ। ਉਸ ਕਾਬਲ ਨੀ ਹੈਗੇ ਪੱਗਾਂ ਦੇ, ਔਰ ਨਾ ਹੀ ਸਰੋਪਿਆਂ ਦੇ। ਉਹਨਾਂ ਨੂੰ ਟੋਪੀ ਦੇਣ ਤੇ ਉਹਨਾਂ ਦੇ ਗੱਲ ਚ ਜੋ ਵੀ ਉਹਨਾਂ ਦਾ ਮਜ਼ਬ ਹੈਗਾ ਉਹ ਪਾ ਦੇਣ। ਜੀ 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 ਜੀ, ਬਹੁਤ ਬਹੁਤ ਧੰਨਵਾਦ। ਮੈਂ ਇਸ ਵਿਚਾਰੇ ਮੈਂ ਇੱਕ ਦਰਸ਼ਕਾਂ ਨੂੰ ਇਹ ਵੀ ਅਪਡੇਟ ਦੇ ਦੇਵਾਂ ਕਿ ਅਸੀਂ ਕੱਲ੍ਹ ਤਾਜ਼ਾ ਅਪਡੇਟਸ ਦੇ ਨਾਲ ਹਾਜ਼ਰ ਹੋਵਾਂਗੇ ਔਰ ਤੁਹਾਨੂੰ ਇਸ ਬਾਰੇ ਜ਼ਰੂਰ ਜਾਣਕਾਰੀ ਦੇਵਾਂਗੇ। ਫਿਲਹਾਲ ਮੈਨੂੰ ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਅੱਜ ਦੇ ਮੁੱਦੇ ਦੇ ਵਿੱਚ ਇੰਨਾ ਹੀ। ਮੈਨੂੰ ਹਰਕੀਰਤ ਸਿੰਘ ਆਲੂਵਾਲੇ ਅਤੇ ਮੇਰੀ ਪੂਰੀ ਟੀਮ ਨੂੰ ਦਵੋ ਇਜਾਜ਼ਤ। ਧੰਨਵਾਦ, ਸਤਿ ਸ਼੍ਰੀ ਅਕਾਲ।